ਲੋਹੜੀ ਤੋਂ ਪਹਿਲਾਂ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਤੇ ਲੋਹੜੀ ਦੀਆਂ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਗਈਆਂ ਨੇ। ਦੱਸ ਦਈਏ ਕਿ ਇੱਕ ਪਰਿਵਾਰ ਸਕੂਟੀ ਅਤੇ ਬਾਈਕ 'ਤੇ ਅਲੱਗ ਅਲੱਗ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਜਾ ਰਿਹਾ ਸੀ, ਪਰ ਸਕੂਟੀ 'ਤੇ ਸਵਾਰ ਤਿੰਨ ਕੁੜੀਆਂ ਦਾ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ, ਜਿਸ ਕਾਰਨ ਇੱਕ ਕੁੜੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ PGI ਰੈਫਰ ਕੀਤਾ ਗਿਆ। ਦੱਸਿਆ ਇਹ ਜਾ ਰਿਹਾ ਹੈ ਕਿ ਟੈਂਪਰੇਰੀ ਨੰਬਰ ਇਨੋਵਾ ਗੱਡੀ ਅਤੇ ਸਕੂਟੀ ਦੀ ਭਿਆਨਕ ਟੱਕਰ ਹੋਈ ਹੈ, ਜਿਸ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਹੈ, ਦੋ ਗੰਭੀਰ ਜ਼ਖਮੀ ਨੇ ਤੇ ਤਿੰਨੇ ਕੁੜੀਆਂ ਆਪਣੇ ਪਰਿਵਾਰ ਦੇ ਨਾਲ ਸਕੂਟੀ 'ਤੇ ਸਵਾਰ ਹੋ ਕੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਜਾ ਰਹੀਆਂ ਸਨ। ਤਾਂ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਨਵਾਂ ਸ਼ਹਿਰ ਰੋਪੜ ਨੈਸ਼ਨਲ ਹਾਈਵੇ 'ਤੇ ਪਿੰਡ ਕਮਾਲਪੁਰ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਤਿੰਨੇ ਕੁੜੀਆਂ ਇੱਕੋ ਸਕੂਟੀ 'ਤੇ ਸਵਾਰ ਸਨ ਅਤੇ ਉਹ ਮੰਡੇਰਾਂ ਵੱਲ ਜਾ ਰਹੀਆਂ ਸਨ। ਜਦੋਂ ਉਹ ਕਮਾਲਪੁਰਾ ਮੁੱਖ ਹਾਈਵੇ 'ਤੇ ਬਣੇ ਕੱਟ ਤੋਂ ਮੰਡੇਰਾ ਵੱਲ ਨੂੰ ਮੁੜਨ ਲੱਗੀਆਂ ਤਾਂ ਰੋਪੜ ਵੱਲੋਂ ਆ ਰਹੀ ਇੱਕ ਇਨੋਵਾ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 15 ਸਾਲ ਦੀ ਮੰਤਿਸਾ, 19 ਸਾਲ ਦੀ ਤ੍ਰਿਸ਼ਨਾ ਅਤੇ 8 ਸਾਲ ਦੀ ਭਾਵਨਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਜਦੋਂ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਤਾਂ ਮੰਤਿਸਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਇੱਕ ਲੜਕੀ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਚੰਡੀਗੜ੍ਹ PGI ਰੈਫਰ ਕੀਤਾ ਗਿਆ, ਜਦਕਿ ਇੱਕ ਲੜਕੀ ਦਾ ਰੋਪੜ ਸਰਕਾਰੀ ਹਾਸਪਿਟਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਹ ਕਿੰਨੇ ਜਾਣੇ ਸੀ ਸਕੂਟਰੀ ਤੇ? ਤਿੰਨ ਜਾਣੀਆਂ ਸੀਗੀਆਂ। ਤੇ ਕਿੱਧਰੋਂ ਆ ਰਹੀਆਂ ਸੀ ਕੁਝ ਪਤਾ ਲੱਗਿਆ? ਹੁਣ ਸੱਟਾਂ ਤਿੰਨਾਂ ਦੇ ਲੱਗੀਆਂ ਕਿ ਇੱਕ ਦੇ ਲੱਗੀ ਹੈ? ਤੇ ਹੁਣ ਕਿੱਥੇ ਭੇਜਿਆ ਉਹਨਾਂ ਨੂੰ ਜੀ? ਤੇ ਇਹ ਜਿਹੜੇ ਕਾਰ ਵਾਲਾ ਇਹ ਮੌਕੇ ਤੇ ਕਿ ਚਲੇ ਗਏ ਕਿਤੇ? ਹਾਲਤ ਕਿੱਦਾਂ ਉਹਨਾਂ ਦੀ? ਜਿਹੜੀ ਹਾਲਤ ਕਿਵੇਂ ਉਹਨਾਂ ਦੀ? ਹਾਲਤ ਹੁਣ ਪਤਾ ਨਹੀਂ, ਲੈ ਗਏ ਉਹ ਜਾ ਕੇ ਇਨਫੋਰਮੇਸ਼ਨ ਆ ਉਹਦੀ ਪੇਪਰ ਭੇਜੇ ਰੋਪੜ ਹਸਪੀਟਲ ਕੇ ਬਲਾਚੌਰ। ਲੋਹੜੀ ਤੋਂ ਪਹਿਲਾਂ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਤੇ ਲੋਹੜੀ ਦੀਆਂ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਗਈਆਂ ਨੇ। ਦੱਸ ਦਈਏ ਕਿ ਇੱਕ ਪਰਿਵਾਰ ਸਕੂਟੀ ਅਤੇ ਬਾਈਕ 'ਤੇ ਅਲੱਗ ਅਲੱਗ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਜਾ ਰਿਹਾ ਸੀ, ਪਰ ਸਕੂਟੀ 'ਤੇ ਸਵਾਰ ਤਿੰਨ ਕੁੜੀਆਂ ਦਾ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ, ਜਿਸ ਕਾਰਨ ਇੱਕ ਕੁੜੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ PGI ਰੈਫਰ ਕੀਤਾ ਗਿਆ। ਦੱਸਿਆ ਇਹ ਜਾ ਰਿਹਾ ਹੈ ਕਿ ਟੈਂਪਰੇਰੀ ਨੰਬਰ ਇਨੋਵਾ ਗੱਡੀ ਅਤੇ ਸਕੂਟੀ ਦੀ ਭਿਆਨਕ ਟੱਕਰ ਹੋਈ ਹੈ, ਜਿਸ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਹੈ, ਦੋ ਗੰਭੀਰ ਜ਼ਖਮੀ ਨੇ ਤੇ ਤਿੰਨੇ ਕੁੜੀਆਂ ਆਪਣੇ ਪਰਿਵਾਰ ਦੇ ਨਾਲ ਸਕੂਟੀ 'ਤੇ ਸਵਾਰ ਹੋ ਕੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਜਾ ਰਹੀਆਂ ਸਨ। ਤਾਂ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਨਵਾਂ ਸ਼ਹਿਰ ਰੋਪੜ ਨੈਸ਼ਨਲ ਹਾਈਵੇ 'ਤੇ ਪਿੰਡ ਕਮਾਲਪੁਰ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਤਿੰਨੇ ਕੁੜੀਆਂ ਇੱਕੋ ਸਕੂਟੀ 'ਤੇ ਸਵਾਰ ਸਨ ਅਤੇ ਉਹ ਮੰਡੇਰਾਂ ਵੱਲ ਜਾ ਰਹੀਆਂ ਸਨ। ਜਦੋਂ ਉਹ ਕਮਾਲਪੁਰਾ ਮੁੱਖ ਹਾਈਵੇ 'ਤੇ ਬਣੇ ਕੱਟ ਤੋਂ ਮੰਡੇਰਾ ਵੱਲ ਨੂੰ ਮੁੜਨ ਲੱਗੀਆਂ ਤਾਂ ਰੋਪੜ ਵੱਲੋਂ ਆ ਰਹੀ ਇੱਕ ਇਨੋਵਾ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 15 ਸਾਲ ਦੀ ਮੰਤਿਸਾ, 19 ਸਾਲ ਦੀ ਤ੍ਰਿਸ਼ਨਾ ਅਤੇ 8 ਸਾਲ ਦੀ ਭਾਵਨਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਜਦੋਂ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਤਾਂ ਮੰਤਿਸਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਇੱਕ ਲੜਕੀ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਚੰਡੀਗੜ੍ਹ PGI ਰੈਫਰ ਕੀਤਾ ਗਿਆ, ਜਦਕਿ ਇੱਕ ਲੜਕੀ ਦਾ ਰੋਪੜ ਸਰਕਾਰੀ ਹਾਸਪਿਟਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਹ ਕਿੰਨੇ ਜਾਣੇ ਸੀ ਸਕੂਟਰੀ ਤੇ? ਤਿੰਨ ਜਾਣੀਆਂ ਸੀਗੀਆਂ। ਤੇ ਕਿੱਧਰੋਂ ਆ ਰਹੀਆਂ ਸੀ ਕੁਝ ਪਤਾ ਲੱਗਿਆ? ਹੁਣ ਸੱਟਾਂ ਤਿੰਨਾਂ ਦੇ ਲੱਗੀਆਂ ਕਿ ਇੱਕ ਦੇ ਲੱਗੀ ਹੈ? ਤੇ ਹੁਣ ਕਿੱਥੇ ਭੇਜਿਆ ਉਹਨਾਂ ਨੂੰ ਜੀ? ਤੇ ਇਹ ਜਿਹੜੇ ਕਾਰ ਵਾਲਾ ਇਹ ਮੌਕੇ ਤੇ ਕਿ ਚਲੇ ਗਏ ਕਿਤੇ?
ਹਾਲਤ ਕਿੱਦਾਂ ਉਹਨਾਂ ਦੀ? ਜਿਹੜੀ ਹਾਲਤ ਕਿਵੇਂ ਉਹਨਾਂ ਦੀ? ਹਾਲਤ ਹੁਣ ਪਤਾ ਨਹੀਂ, ਲੈ ਗਏ ਜਾ ਕੇ ਇਨਫੋਰਮੇਸ਼ਨ ਆ ਉਹਦੀ ਭੇਜੇ ਰੋਪੜ ਹਸਪੀਟਲ ਕੇ ਬਲਾਚੌਰ।